ਏ ਆਕਾਸ਼mani ਜੰਮੂ ਮੈਂ ਡੋਗਰੀ ਖਬਰਾਂ ਜਤੋਂ ਦਾ ਸਵਾਗਤ ਹੈ ਪਹਿਲਾ ਖਾਸ ਖਬਰਾਂ ਕਰਨਾ ਮੈਂ ਨਰੇਸ਼ ਸ਼ਰਮਾ ਉਪ ਰਾਜਪਾਲ ਹੋ ਰਹੇ ਆਤਮ ਨਿਰਭਰ ਭਾਰਤ ਅਭਿਆਨ ਦਾ ਜਾਇਜ਼ਾ ਲਾਤਾ ਹੈ ਤੇ ਇਹਦੀ ਤੌਲੇ ਅਮਲਾ ਬਰੀਲੇ ਸੱਤ ਕਾਰੇ ਬਲ ਖੜੇ ਰਹਿਣਾ ਜੰਮੂ ਕਸ਼ਮੀਰ ਚ ਕੱਲ ਕਰੋਨਾ ਦੇ 61 ਨਵੇਂ ਮਾਮਲੇ ਸਾਹਮਣੇ ਆਏ ਅਜਨ ਤੋਂ ਈ 1506 ਮਰੀਜ਼ ਠੀਕ ਹੋਏ ਨਾ ਤੇ 48 ਜਣੇ ਦੀ ਇਸ ਲਾਗ ਕਾਰਨ ਮੌਤ ਹੋਈ ਹੈ ਮੂਲਖਾ ਚ ਪਿਛਲੇ 24 ਘੰਟਿਆਂ ਚ ਕੋਵਿਡ 19 ਦੇ 9987 ਮਾਮਲੇ ਸਾਹਮਣੇ ਆਏ ਤੇ 7471 ਜਣੇ ਦੇਮਾ ਉਹ ਤਾਂ ਇਹ ਸ਼ਿਪਈਆ ਜ਼ਿਲ੍ਹੇ ਦੇ ਸੂਗੂ ਇਲਾਕੇ ਚ ਚੱਲਾ ਕਰਦੇ ਇੱਕ ਟਾਕਰੇ ਚ ਦੋ ਬੇਪਛਾਨੂ ਆਤੰਗਵਾਦੀ ਮਾਰੇ ਗਏ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਹੋ ਰਹੇ ਹਨ ਰਿੰਗ ਰੋਡ ਤੇ ਹੋਰ ਨੇ ਬਕਾਇਆ ਪਈ ਦੀ ਪ੍ਰੋਜੈਕਟ ਦਾ ਜਾਇਜ਼ਾ ਲੈਂਦਾ ਅਖਨੂਰ ਥਾਂ ਪਲਵਾਲ ਤੱਕ ਕਰ ਕੋਈ 14 ਕਿਲੋਮੀਟਰ ਦੀ ਰਿੰਗ ਰੋਡ ਜੁਲਾਈ ਮਹੀਨੇ ਤੋੜੀ ਪੂਰੀ ਹੋਣ ਦੀ ਮੇਦ ਹੈ ਖਬਰਾਂ ਦੀ ਤਫਸੀਲ ਕਰਨਾ ਚੰਦਰ ਕਾਂਤ ਸ਼ਰਮਾ ਜੰਮੂ ਕਸ਼ਮੀਰ ਚ ਕੋਵਿਡ 19 ਦੇ ਮਰੀਜ਼ਾਂ ਦੀ ਤਦਾਦ ਉਪਰ ਉਤਲੀ ਵੱਧੀ ਜਾ ਰਹੀ ਹੈ ਤੇ ਗੱਲ ਘਾਟ ਨਵੇਂ ਪੋਜ਼ੀਟਿਵ ਮਾਮਲੇ ਸਾਹਮਣੇ ਆਉਣੇ ਕਰਨੇ ਕੁੱਲ ਪੋਜ਼ੀਟਿਵ ਮਾਮਲੇ ਦੀ ਗਿਣਤਰੀ 4346 ਹੋਈ ਗਈ ਹੈ ਨਵੇਂ ਮਾਮਲੇ ਛਾ 17 ਜੰਮੂ ਤੇ 44 ਕਸ਼ਮੀਰ ਪ੍ਰਾਂਤ ਮੰਨ ਇਹਨੇ 4346 ਮਾਮਲੇ ਛਾ 2792 ਸਕਰੀਏ ਮਾਮਲੇ ਜਿਸ ਲੇ ਕੇ 1506 ਮਰੀਜ਼ ਰੋਏ ਗਏ ਦੇ ਨ ਤੇ 48 ਜਣੇ ਦੀ ਅਜਨ ਤੋਂੜੀ ਇਹ ਦੇ ਕਾਰਨ ਮੌਤ ਹੋਈ ਗਈ ਹੈ 182 ਹੋਰ ਮਰੀਜ਼ਾਂ ਦੀ ਨਰੋਏ ਉਹਨੇ ਮਗਰਾ ਕੱਲ ਜੰਮੂ ਤੇ ਕਸ਼ਮੀਰ ਦੇ ਬਖਵਕ ਹਸਪਤਾਲਾਂ ਥਮਾ ਛੁੱਟੀ ਦੇ ਦਿੱਤੀ ਗਈ ਇੰਦੇਸ਼ਾ 29 ਜੰਮੂ ਤੇ 153 ਕਸ਼ਮੀਰ ਪ੍ਰਾਂਤ ਥਮਾ ਹੈ ਸਰਕਾਰ ਨੇ ਆਖਿਆ ਜੇ ਤੋਲੇ ਪਤਾ ਲੱਗਨੇ ਮਗਰਾ ਕੋਵਿਡ-19 ਦੀ ਫੈਲਣੇ ਸ਼ਾ ਰੋਕਿਆ ਜਾ ਸਕਦਾ ਹੈ ਤੇ ਇਹਦੇ ਲਈ ਅਸੇ ਸਾਰਿਆਂ ਦੀ ਜ਼ਿੰਮੇਵਾਰ ਬਣਨਾ ਹੋਗਾ ਸਰਕਾਰ ਨੇ ਆਖਿਆ ਜੇ ਸਰਵਜਨਿਕ ਥਾਰਿਆਂ ਪਰ ਸਮਾਜਿਕ ਛਿੰਡਾ ਬਣਾਈ ਰੱਖਣਾ ਤੇ ਮੂੰਹਾਂ ਪਰ ਮਾਸਕ ਲਾਣਾ ਅਤ ਲਾਜ਼ਮੀ ਹੈ ਦੁਆਈ ਮੁਲਖਾਜ ਪਿਛਲੇ 24 ਘੰਟੇ ਦੌਰਾਨ ਕੋਵਿਡ-19 ਦੇ 9987 ਨਵੇਂ ਮਾਮਲੇ ਸਾਹਮਣੇ ਆਏ ਨੇ ਜੇਤੇ ਕਰਨੇ ਕੁੱਲ ਮਾਮਲੇ ਦੀ ਗਿਣਤਰੀ 2,46,598 ਹੋ ਗਈ ਹੈ। ਇੰਦੇਚ 1,29,813 ਸਕਰੀਏ ਮਾਮਲੇ ਨੇ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦਾ ਅਖਨਜੇ ਦੇਸ਼ਜ ਕੋਵਿਡ-19 ਦੇ 1,29,314 ਮਰੀਜ਼ ਨਰੋਏ ਹੋਏਗੇ ਦਿਨ ਤੇ ਕੋਵਿਡ-19 ਦੇ ਮਰੀਜ਼ਾਂ ਦੇ ਨਰੋਏ ਹੋਣੇ ਦੀ ਦਰ 1 ਹੋਰ ਬਿਹਤਰ ਹੋਈ ਹੈ 48.47% ਹੋ ਗਈ ਹੈ। ਮੁਲਕਾਜ ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਨੇ 268 ਹੋਰ ਜਨ ਦੇ ਜਾਨ ਚਲੀ ਗਈ ਹੈ ਇਸ ਲਗਾਕਾਰ ਮਰੋਣੀਆਂ ਵਾਲੇ ਦੀ ਕੁੱਲ ਤਦਾਦ 7471 ਹੋ ਗਈ ਹੈ ਉਪਰਾਜੀਪਲ ਗ੍ਰਿਸ਼ਚੰਦਰ ਮੁਰਮੂਰ ਨੇ ਕੱਲੇ ਇੱਕ ਬੈਠਕ ਦੌਰਾਨ ਆਤਮ ਨਿਰਭਰ ਭਾਰਤ ਅਭਿਆਨ ਤਹਿਤ ਵਾਕਫਾ ਕਾਰਜਕ੍ਰਮੇ ਦੀ ਤੌਲੇ ਆਵਰੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਤਾ ਇਸ ਬਾਰੇ ਚਰਚਾ ਕਰਦੇ ਉਨੇ ਆਖਿਆ ਜੇ ਆਤਮ ਨਿਰਭਰ ਭਾਰਤ ਅਭਿਆਨ ਤਹਿਤ ਚਲਾਈ ਜਾਣੀ ਵਾਲੀ ਬਕਵਕ ਸਕੀਮੇ ਕਨੇ ਨਾਛੜਾ ਕੋਵਿਡ-19 ਕਾਰਨ ਹੋਏ ਦੇ ਨੁਕਸਾਨ ਗੇ ਪੂਰ ਕੀਤਾ ਜਾਇ ਸਕ ਸਕ ਸਗਵਾ ਜੰਮੂ ਕਸ਼ਮੀਰ ਪ੍ਰਦੇਸ਼ ਕੀ ਆਤਮ ਨਿਰਭਰ ਬਣਾਉਣੇ ਚ ਵੀ ਮਦਦ ਹੋ ਗੇ ਮੀਟਿੰਗ ਚ ਦੱਸਿਆ ਗਿਆ ਜੇ ਬਕਵਕ ਪ੍ਰਸ਼ਾਸਨਿਕ ਸਚਿਵ ਦੇ ਅਗਵਾਈ ਚ ਸੱਤ ਕਾਰਵਾਈ ਬਾਲ ਖੜੇ ਰਗੇ ਜਿਹੜੇ ਆਤਮ ਨਿਰਭਰ ਭਾਰਤ ਅਭਿਆਨ ਦੀ ਅਮਲ ਆਵਰੀ ਦਾ ਕੰਮ ਦੇਖਣ ਇਹਨੇ ਕਮੇਟੀਆਂ ਚ ਬਕਵਕ ਵਿਭਾਗ ਦੇ ਸਚਿਵ ਤੇ ਪ੍ਰਮੁਖ ਸਦਸਿਆਂ ਦੇ ਤੌਰ ਉਪਰ ਸ਼ਾਮਲ ਹੋਣਗੇ ਉਪ ਰਾਜਪਾਲ ਹੋ ਰਹੇ ਰਾਸ਼ਨ卡ਡ ਧਾਰਕ ਤੇ ਪ੍ਰਵਾਸੀ ਕਮਕਾਰਾਂ ਦੀ ਰਾਸ਼ਨ ਮੁਆਇਆ ਕਰਵਾਉਣੇ ਵਾਲੀ ਸਕੀਮੇ ਦੇ ਦਾਇਰੇ ਚ ਅਨਨੇ ਤੇ ਨਿਰਮਾਨ ਕਮੇ ਕਨੇ ਜੁੜੇ ਦੇ ਕਮਕਾਰਾਂ ਕੀ ਰਾਹ ਦੇਨੇ ਪਿੰਸ਼ਨ ਫਸਲ ਬੀਮਾ ਯੋਜਨਾ ਰਸੋਈ ਗੈਸ ਦੀ ਬੰਜ ਨੇ ਮਾਮਲੇ ਸਰਮਤੀ ਭੁਗਤਾਨ ਕਰਨੇ ਤਾਂ ਵੀ ਆਖਿਆ ਉਹਨੇ ਅਧਿਕਾਰੀਆਂ ਕੀ ਤਾਲਮਿਲ ਬਣਾਈਏ ਕੰਮ ਕਰਨ ਲਈ ਆਖਿਆ ਤਾਂਜੇ ਕੋਵਿਡ 19 ਮਹਾਮਾਰੀ ਕਾਰਨ ਬਣੀ ਦੀ ਚੁਣੌਤੀਆਂ ਕਨੇ ਖਰੇ ਚਾਲੀ ਨਿਭੜਿਆ ਜਾ ਸਕਿਆ ਭਾਰਤੀ ਰੇਲਵੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਮੰਗ ਉੱਪਰ ਸ਼ਰਮਿਕ ਵਿਸ਼ੇਸ਼ ਰੇਲਗੱਡੀਆਂ ਉਪਲਬਧ ਕਰਵਾਉਣਾ ਜਾਰੀ ਰੱਖਲ ਰੇਲ ਮੰਤਰਾਲੇ ਨੇ ਰਾਜ ਸਰਕਾਰਾਂ ਗੀ ਸ਼ਰਮਿਕ ਸਪੈਸ਼ਲ ਰੇਲਗੱਡੀਆਂ ਦੀ ਆਪਣੀ ਜ਼ਰੂਰਤ ਦੱਸ ਨੇ ਤਾਈ ਆਖਿਆ ਹੈ ਰੇਲਵੇ ਬੋਰਡ ਦੇ ਅਧਿਐਖ ਬਿਨੋਦ ਕੁਮਾਰ ਜਯਾਦਵ ਹੋ ਰਹੇ ਆਖਿਆ ਜੇ ਰਾਜਾਂ ਪਾਸੇ ਅਨੁਰੋਧ ਕਰਨ ਦੇ 24 ਘੰਟੇ ਦੇ ਅੰਦਰ ਅੰਦਰ ਰੇਲਵੇ ਪਾਸੇ ਵਿਸ਼ੇਸ਼ ਰੇਲਗੱਡੀਆਂ ਮੋ ਯੱਕ ਕਰਾਈ ਦਿੱਤੀਆਂ ਜਾਣਗਣ ਰੇਲਵੇ ਨੇ ਆਖਿਆ ਜੇ ਜ਼ਰੂਰਤ ਪਾਉਣੇ ਉੱਪਰ ਬਾਦੂ ਰੇਲ ਗੱਡੀਆਂ ਵੀ ਉਪਲਬਧ ਕਰਵਾਈਆਂ ਜਾਣਗੀਆਂ ਰੇਲਵੇ ਆਸਿਆ ਪਹਿਲੀ ਮਈ ਥਮਾ ਅਜੇ ਤੋੜੀ ਤਕਰੀਬਨ 60 ਲੱਖ ਪ੍ਰਵਾਸੀ ਕਮਗਾਰਾਂ ਦੀ ਉਹਦੇ ਘਰੇ ਤੋੜੀ ਪਜਾਣੇ ਆਸਤੇ ਰੇਲਵੇ ਨੇ 4347 ਵਿਸ਼ੇਸ਼ ਰੇਲ ਗੱਡੀਆਂ ਮੋਈਆਂ ਕਰਵਾਈਆਂ ਨੇ ਜੰਮੂ ਕਸ਼ਮੀਰ ਚ ਕ੍ਰੇਲ ਡਵਾਰੀਆਂ ਦੇ ਸ਼ੁਰੂ ਹੋਣੇ ਦੇ ਕੱਲ 16ਵੇਂ ਰੋਜ਼ 1935 ਡਵਾਰੀਆਂ ਸਵਾਰੀਆਂ ਦੀ ਲਈਏ 18 ਡਵਾਰੀਆਂ ਜੰਮੂ ਤੇ ਸਿਨਗਰ ਹਵਾਈ ਅੱਡੇ ਉੱਪਰ ਉਤਰੀਆਂ ਜਮੂਚ ਕਾਲੀ ਸੋਲ ਮੇ ਰੋਜ਼ ਛੇਡਵਾਰੀਆਂ ਪੂਜੀਆਂ ਜੇਦੇ ਚ 394 ਯਾਤਰੀ ਸਵਾਰ ਹੈ ਜਿਸ ਲੇ ਕੇ 12 ਉਹ ਡਵਾਰੀਆਂ 1541 ਯਾਤਰੀਆਂ ਕੇ ਲਈਏ ਸੇ ਨਗਰ ਅਵਾਇਡੇ ਪਰ ਪੂਜੀਆਂ ਇਸ ਦਰਾਨ ਮਕਾਮੀ ਪ੍ਰਸ਼ਾਸਨ ਤੇ ਅਵਾਇਡੇ ਕਰਮਚਾਰੀਏ ਇਹ ਗੱਲ ਪੂਰੀ ਚਾਲੀ ਯਕੀਨੀ ਬਨਾਈ ਦਿਆ ਜੇ ਕਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਆਸੇ ਦਿੱਤੀ ਗਈ ਇਹਦਾਇਤਿੰਦੀ ਪੂਰੀ ਚਾਲੀ ਪਾਲਮਾ ਕੀਤੀ ਜਾ ਸਰਕਾਰ ਨੇ ਯਾਤਰੀਆਂ ਲਈ ਸਥਰਮਲ ਸਕਰੀਨਿੰਗ ਉੰਦੇ ਕੋਵਿਡ 19 ਦੇ ਨਮੂਨੇ ਇਕੱਠੇ ਕਰਨ ਤੇ ਉਹਨੇ ਕੀ ਕੁਆਰੰਟੀਨ ਸੈਂਟਰੇ ਤੋੜੀ ਲੈ ਜਾਣਿਆ ਸੇ ਗੱਡੀਆਂ ਦਾ ਵੀ ਇੰਤਜ਼ਾਮ ਕੀਤਾਦਾ ਹੈ ਉਪ ਰਾਜਪਾਲ ਗ੍ਰੇਸ ਚੰਦਰ ਮੁਰਮੂਰ ਨੇ 2019 ਦੇ ਡੋਡਾ ਜ਼ਿਲ੍ਹੇ ਦੀ ਖਲੈਨੀਥਾਰ ਇੱਕ ਸੜਕਾ ਅਸੇਚੇ ਮਾਰਗੇ ਦੇ ਵੀਰ ਸਿੰਘ ਦੇ ਨਿਰਮੇ ਸਰਵੰਦੀਆਂ ਦੇ ਅਕਾਜ 1 ਲੱਖ ਰੁਪਏ ਦੀ ਅਨੁਦਾਨ ਸਹਾਇਤਾ ਮਨਜ਼ੂਰ ਕੀਤੀ ਹੈ ਇਹ ਸਹਾਇਤਾ ਦੇਣੇ ਸਰਵੰਦੀ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਆਸਿਆ ਉਪ ਰਾਜਪਾਲ ਨੂੰ ਦੇ ਦਫ਼ਤਰ ਚ ਭੇਜਿਆ ਗਿਆ ਹ ਜਿਸੇ ਮਨਜ਼ੂਰ ਕਰ ਲਿਆਤਾ ਗਿਆ ਹੈ ਮੁਰੋ ਨੇ ਆਲੇ ਦੇ ਪਰਿਵਾਰ ਨੇ ਇਸ مالی ਸਹਾਇਤਾ ਲਈ ਉਪ ਰਾਜਪਾਲ ਨੂੰ ਦਾ ਧੰਨਵਾਦ ਕੀਤਾ ਹੈ ਜੰਮੂ ਕਸ਼ਮੀਰ ਸਰਕਾਰ ਮਕਾਮੀ ਮੰਡੀਆਂ ਦੀ ਰਾਸ਼ਟਰੀ ਕ੍ਰਿਸ਼ੀ ਬਾਜ਼ਾਰ ਕਾਰੋਬਾਰੀ ਪੋਰਟਲ ਈ ਨਾਮ ਕਰਨ ਨੇ ਜੋੜਨੇ ਬਾਰੇ ਗੌਰ ਕਰਾ ਦਿੱਤੀ ਹੈ ਇਹ ਇੱਕ ਪੈਨ ਇੰਡੀਆ ਇਲੈਕਟ੍ਰੋਨਿਕ ਕਾਰੋਬਾਰੀ ਪੋਰਟਲ ਹੈ ਜਿਹੜਾ ਮੌਜੂਦਾ ਕ੍ਰਿਸ਼ੀ ਪੈਦਾਵਾਰ ਸਮਿਤੀ ਦੀ ਮੰਡੀਆਂ ਕਨੇ ਜੋੜਦਾ ਹੈ ਤੇ ਰਾਈ ਬਾਈ ਦੀ ਪੈਦਾਵਾਰ ਲਈ ਰਾਸ਼ਟਰੀ ਸਤਾ ਪਰ ਇੱਕ ਬਾਜ਼ਾਰ ਉਪਲਬਧ ਕਰਵਾਉਂਦਾ ਹੈ ਕ੍ਰਿਸ਼ੀ ਪੈਦਾਵਾਰ ਮਹਿਕਮੇ ਦੇ ਪ੍ਰਧਾਨ ਸਚਿਵ ਨਵੀਨ ਕੁਮਾਰ ਚੌਧਰੀ ਨੇ ਕੱਲ ਇੱਕ ਬੈਠਕ ਲਵਾਈ ਹੈ ਇਹਦੇ ਲਈ ਤਰੀਕੇ ਕਰ ਬਾਰੇ ਸਲਾਹ ਸੂਤਰ ਕੀਤਾ ਉਹਨੇ ਇਸ ਮਹੀਨੇ ਦੇ ਮੁੱਖ ਨੇ ਤੋੜੀ ਪਰਮਪੂਰਾ ਸੇ ਨਗਰ ਤੇ ਨਰਵਾਲ ਜੰਮੂ ਚ ਈ ਨਾਮ ਪੋਰਟਲ ਦੀ ਸ਼ੁਰੂ ਕਰਵਾਉਣੇ ਲਈ ਆਖਿਆ ਉਹਨੇ ਆਖਿਆ ਜੇ ਕੇਂਦਰ ਸਰਕਾਰ ਇਸ ਗੱਲ 'ਤੇ ਜ਼ੋਰ ਦੇ ਆ ਰਹੀ ਹੈ ਜੇ ਕਰਸਾਨੇ ਤੇ ਰਾਈਬਾਈ ਕਰਨੇ ਜੁੜੇ ਦੇ ਉਹਨੇ ਅਮਲੇ ਕੀ ਪੂਰੀ ਸਿੱਖਲਾਈ ਦਿੱਤੀ ਜਾ ਤਾਂ ਜੇ ਇਸ ਰਿਸ਼ਤੇ ਦਾ ਪੂਰਾ ਪੂਰਾ ਫਾਇਦਾ ਅਸਲ ਕੀਤਾ ਜਾ ਸਕੇ ਇੱਕ ਖਬਰਾਂ ਚ ਆਕਾਸ਼ਵਾਨੀ ਜੰਮੂ ਤਮਾਸੁਨਾਰਦੇਵ ਤੇ ਓਨ ਬਾਕੀ ਦੀ ਖਬਰਾਂ ਕਰਨੇ ਨਰੇਸ਼ ਸ਼ਰਮਾ ਦੱਖਣੀ ਕਸ਼ਮੀਰ ਚ ਸ਼ਪਈਆ ਜ਼ਿਲ੍ਹੇ ਦੇ ਸੋਗੂ ਇਲਾਕੇ ਚ ਅੱਜ ਸੁਰੱਖਿਆ ਬਲਾਂ ਕੰਨ ਇੱਕ ਟਾਕਰੇ ਚ ਦੋ ਬੇਪਛਾਣੂ ਆਤੰਗਵਾਦੀ ਮਾਰੇ ਗਏ ਹਨ ਕੋਲੇ ਸੁੱਤਰੇ ਮੁਜਬ ਮਾਰੇ ਗਏ ਤੇ ਆਤੰਗਵਾਦੀਆਂ ਦੇ ਅਜੇ ਪਛਾਣ ਨਹੀਂ ਹੋਈ ਸਕੀ ਹੈ ਸੁਰੱਖਿਆ ਬਲਾਂ ਆਸਿਆ ਸੁਗੂ ਚ ਇੱਕ ਸਾਂਝਾ ਅਭਿਆਨ ਸ਼ੁਰੂ ਕੀਤਾ ਗਿਆ ਜਿਸ ਲੈ ਸੁਰੱਖਿਆ ਬਲ ਸੰਦੇਗਦ ਥਾਰਾ ਕੋਲ ਪੁੱਜੇ ਤਾਂ ਉੱਥੇ ਛੱਪੇ ਦੇ ਆਤੰਗਵਾਦੀਏ ਸੁਰੱਖਿਆ ਬਲਾਂ ਪਰ ਫਾਇਰ ਖੋਲੀ ਦਿੱਤਾ ਜਿਹਦੇ ਮਗਰਾਂ ਟਾਕਰਾ ਆਪਖੀ ਪਿਆ ਪਿਛਲੇ ਤਰ੍ਹਾਂ ਦਿਨਾਂ ਚ ਸ਼ੁਪਈਆਂ ਚ ਇਹ ਤਰੀਆ ਟਾਕਰਾ ਹ ਜਿੰਦੇ ਚ 11 ਆਤੰਗਵਾਦੀ ਮਾਰੇ ਗਏ ਹਨ ਇਸ ਬਾਰੇ ਹੋਰ ਵਿਉਰੇਗੀ ਅਜੇ ਨਹੀਂ ਬਲ ਗਿਆ ਜਾ ਕਰਦਾ ਹੈ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਸੰਜੀਵ ਵਰਮਾ ਰੇ ਕੱਲ੍ਹ ਰਾਸ਼ਟਰੀ ਜਰਨਲਿਸਟ ਅੜਕ ਪ੍ਰਾਧਿਕ ਕਰਨ ਦੇ ਅਧਿਕਾਰੀਆਂ ਕੰਨ ਇੱਕ ਬੈਠਕ ਦੌਰਾਨ ਜੰਮੂ ਰਿੰਗ ਰੋਡ ਪ੍ਰੋਜੈਕਟ ਦਾ ਜਾਇਜ਼ਾ ਲਹਾਤਾ ਇਸ ਬੈਠਕ ਦੌਰਾਨ ਰਾਯਾ ਮੋੜ ਤਰੋੜ ਬਿਸ਼ਨਾ ਮੀਰਾ ਸਾਹਿਬ ਮੜ ਅਖਨੂਰ ਪਲਵਾਲ ਤੇ ਜਗਤੀ ਇਲਾਕਿਆਂ ਚ ਪ੍ਰੋਜੈਕਟਾਂ ਦੇ ਵੱਖ-ਵੱਖ ਪਹਿਲੂਆਂ ਤੇ ਕੰਮੇ ਚ ਆਉਣ ਵਾਲੀਆਂ ਅਰਚਨੇ ਬਾਰੇ ਚਰਚਾ ਕੀਤੀ ਗਈ ਪ੍ਰਾਧਿਕ ਕਰਨ ਦੇ ਪ੍ਰੋਜੈਕਟ ਡਾਇਰੈਕਟਰ ਮਨੀਸ਼ ਬਕਾਰੀਆਂ ਰੇ ਰਿੰਗ ਰੋਡ ਪ੍ਰੋਜੈਕਟ ਬਾਰੇ ਤਫਸੀਲ ਪੇਸ਼ ਕੀਤੀ ਉਹਨੇ ਦੱਸਿਆ ਜੇ ਅਖਨੂਰ ਥਾਮ ਪਲਵਾਲ ਢੋੜੀ ਦਾ ਯਾ 9.3 ਕਿਲੋਮੀਟਰ ਦਾ ਹਿੱਸਾ ਜੁਲਾਈ ਮਹੀਨੇ ਸ਼ਾ ਪਹਿਲਾ ਪਹਿਲਾ ਤਿਆਰ ਹੋ ਜਾਗ ਉਹਨੇ ਇਹ ਵੀ ਦੱਸਿਆ ਜੇ ਜੰਮੂ ਰਿੰਗ ਰੋਡ ਕਨਾਂ ਜੋੜੇ ਦੇ ਜ਼ਮੀਨ ਸਰਵੰਦੀ ਮਾਮਲੇ ਗੇ ਇੱਕ ਹਫਤੇ ਚ ਹੱਲ ਕਰ ਲਤਾ ਜਾਗ ਡਿਵੀਜ਼ਨਲ ਕਮਿਸ਼ਨਰ ਹੋਰੇਨ ਪਰियोजनाਾਂ ਦੇ ਕੰਮਾਂ ਗੇ ਤੇਜ਼ ਕਰਨ ਲਈ ਅਧਿਕਾਰੀਆਂ ਪਰ ਜ਼ੋਰ ਭਰਿਆ ਇਸ ਦੌਰਾਨ ਉਹਨੇ ਜੰਮੂ ਪ੍ਰਾਂਤ ਚ ਬੈਕ ਟੂ ਵਿਲੇਜ ਕਾਰਜਕ੍ਰਮ ਤਹਿਤ ਬਕਾਇਆ ਪੇਦੇ ਕੰਮਾਂ ਦੀ ਵੀ ਸਮੀਖਿਆ ਕੀਤੀ ਤੇ ਮੁਤਲਕਾ ਡਿਪਟੀ ਕਮਿਸ਼ਨਰਾਂ ਗੇ ਇਹ ਕੰਮ ਪੈਲ ਦੀਏ ਬਿਨਾ ਪਰ ਪੂਰਾ ਕਰਨ ਲਈ ਆਖਿਆ ਉਪਰ ਅਜਪਾਲ ਹੁੰਦੇ ਸਲਾਹਕਾਰ ਕੇ ਕੇ ਸ਼ਰਮਾ ਹੋਰੇ ਆਖਿਆ ਜੇ ਸਰਕਾਰ ਨੇ ਚੈਰੀ ਸਨੇ ਬਖ ਬਖ ਮੌਸਮੀ ਫਲੰਦੀ ਤੋਲੇ ਟੋਈ ਯਕੀਨੀ ਬਣਾਉਣ ਲਈ ਇੱਕ ਸਰਸਤਾ ਤਿਆਰ ਕੀਤਾ ਹੈ ਸਲਾਹਕਾਰ ਹੋਰੇ ਕੱਲ ਹਾਰਮਨ ਸ਼ੇਰਨਗਰ ਦੇ ਇੱਕ ਬਾਗਬਾਨੀ ਨਰਸਰੀ ਦੇ ਆਪਣੇ ਦੌਰੇ ਦੌਰਾਨ ਚੈਰੀ ਦੇ ਕਮਕਨ ਜੋੜੇ ਦੇ ਨੁਮਾਇੰਦੇ ਕਨ ਗੱਲਬਾਤ ਕਰਿਆ ਕਰਦੇ ਹੈ ਉਹਨੇ ਆਖਿਆ ਜੇ ਸਰਕਾਰ ਕੇ ਕੋਵਿਡ 19 ਮਹਾਮਾਰੀ ਕਾਰਨ ਚੈਰੀ ਪੈਦਾ ਕਰਨ ਵਾਲੇ ਕਿਸਾਨਾਂ ਦੀਆਂ ਮੁਸ਼ਕਲਾਂ ਦੀ ਪੂਰੀ ਜਾਣਕਾਰੀ ਹੈ ਤੇ ਚੈਰੀ ਕੀ ਮੁਲਕਹ ਦੇ ਦੂਵੇ ਇਸ ਵਿੱਚ ਪਜਾਣੇ ਲਈ ਲੋੜ ਚ ਦੀਆਂ ਗਈਆਂ ਫੁੱਟੀਆਂ ਜਾ ਕਰਦੀਆਂ ਜਲ ਸ਼ਕਤੀ ਵਿਭਾਗ ਨੇ ਅਜੌਰੀ ਜ਼ਿਲ੍ਹੇ ਚ ਜਲ ਜੀਵਨ ਮਿਸ਼ਨ ਤਹਿਤ ਦੂਰ ਦਰਾਜ ਗ੍ਰਾਂਵਾਂ ਚ ਕੰਮ ਪ੍ਰਤੀਆ ਸ਼ੁਰੂ ਕਰ ਦਿੱਤੇ ਹਨ ਜਿਹਦੇ ਕੰਨਾ ਮਕਾਮੀ ਲੋਕਾਂ ਚ ਖੁਸ਼ੀ ਦੀ ਲਹਿਰ ਫੈਲੀ ਗਈ ਹੈ ਸਰਾਂ ਨੂੰ ਗ੍ਰਾਂਵ ਦੇ ਤਕਰੀਬਨ 700 ਪਰਿਵਾਰ ਉਹਦੇ ਘਰੇ ਤੋਂੜੀ ਸਾਫ ਪਾਣੀ ਪੁਜਨੇ ਦਾ ਸੁਖਨਾ ਸਾਕਾਰ ਹੁੰਦੇ ਦੇਖਿਆ ਮਤੇ ਖੁਸ਼ਨਾ ਉਹਨੇ ਇਹ ਸਕੀਮ ਲਾਗੂ ਕਰਨ ਲਈ ਪ੍ਰਧਾਨ ਮੰਤਰੀ ਹੁੰਦਾ ਧੰਨਵਾਦ ਕੀਤਾ ਹੈ ਗ੍ਰਾਂਧੀ ਸਰਪੰਚ ਆਰਤੀ ਸ਼ਰਮਾ ਔਰੇ ਆਕਾਸ਼ ਪਾਣੀ ਜੰਮੂ ਕੰਨ ਗੱਲਬਾਤ ਕਰਦੇ ਆਖਿਆ ਜੇ ਲੋਕਾਂ ਕੇ ਲੰਮਾ ਪੈਂਡਾ ਤੈ ਕਰੀਆ ਪੀਣੇ ਵਾਲਾ ਪਾਣੀ ਲੈਣੇ ਲਈ ਜਾਣਾ ਪਉਂਦਾ ਹ ਪਰ ਹੁਣ ਉਹਨੇ ਕੇ ਸਾਫ ਪਾਣੀ ਘਰਾਂ ਚ ਕਿ ਥੋਈ ਸਕਗੇ ਆਪਣਾ ਘਰ ਬਣਾਣ ਦਾ ਹਰ ਕੁਸਾ ਦਾ ਸੁਖਨਾ ਹੁੰਦਾ ਹੈ ਕੇਂਦਰੀ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗਰੀਬ ਲੋਕਾਂ ਨੂੰ ਪੱਕੇ ਮਕਾਨ ਦੇਣ ਲਈ 2015 ਤੋਂ ਕੰਮ ਕਰਿਆ ਕਰਦੀ ਹੈ ਇਸ ਸਰਵੰਦ ਦੇ ਉਦੋਂਪੁਰ ਜ਼ਿਲ੍ਹੇ ਦੇ ਘਾਲਤਾ ਗ੍ਰਾਂਦੇ ਰਹੋਣ ਵਾਲੇ ਖਲੀਫਾ ਦੇ ਪਰਿਵਾਰ ਨੇ ਆਕਾਸ਼ਵਾਨੀ ਸਮਾਚਾਰ ਜੰਮੂਕ ਨੇ ਗੱਲ ਕਰਦੇ ਦੱਸਿਆ ਜੇ ਉਹ ਇਸ ਯੋਜਨਾ ਤਹਿਤ ਪੱਕਾ ਮਕਾਨ ਹਾਸਲ ਕਰੀਏ ਖੁਸ਼ ਹੈ ਤੋਈ ਰਾਮਬਨ ਜ਼ਿਲ੍ਹੇ ਦੇ ਬਰਨਾਲ ਗਾਂਦਰੀ ਗ੍ਰਾਂਦੇ ਪ੍ਰੇਮੂ ਤੇ ਮੁਸ਼ਤਾਕ ਅਹਿਮਦ ਨੇ ਵੀ ਇਸ ਯੋਜਨਾ ਤਹਿਤ ਪੱਕੇ ਮਕਾਨ ਤੋਂ ਹੋਣੇ ਪਰ ਖੁਸ਼ੀ ਜਤਾਈ ਹੈ ਤੇ ਇਹਨੇ ਸਭ ਨੇ ਪ੍ਰਧਾਨ ਮੰਤਰੀ ਹੁੰਦਾ ਧੰਨਵਾਦ ਕੀਤਾ ਹੈ ਕੌਂਚ ਜ਼ਿਲ੍ਹੇ ਦੇ ਮੰਡੇ ਤਹਿਸੀਲਾ ਚ ਮੰਡੇ ਦਰਿਆ ਪਰ ਪੁਲ ਪਾਉਣ ਦਾ ਕੰਮ ਪੂਰਾ ਹੋਣ ਲੱਗਾ ਹੈ ਲਾਕਡਾਊਨ ਖੁੱਲਣੇ ਮਗਰ ਅ ਇਹਦਾ ਨਿਰਮਾਣ ਕੰਮ ਪਰਤੀਆ ਸ਼ੁਰੂ ਕੀਤਾ ਗਿਆ ਹੈ ਜਿਸ ਕਾਰਨ ਮਕਾਮੀ ਲੋਕਾਂ ਚ ਮਤੀ ਖੁਸ਼ੀ ਹੈ ਚਕੋਤਰਾ ਗ੍ਰਾਂਥਮਾ ਕਲੈਨੀ ਢੋੜੀ 2 ਕਰੋੜ 99 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾਕਰਦੇ ਇਸ ਪੁਲਾ ਦਾ ਤਕਰੀਬਨ 5000 ਲੋਕਾਂ ਦੀ ਆਬਾਦੀ ਕੇ ਫਾਇਦਾ ਪੁਜੇਗ ਸੜਕ ਤੇ ਪਰਿਵਹਨ ਮੰਤਰੀ ਨਿਤਿਨ ਗੜਕਰਿਓਰੇ ਮੁਲਖਾ ਚ ਕੋਵਿਡ 19 ਦੇ ਹਾਲਾਤ ਕਰੀ ਮੋਟਰ ਗੱਡੀਆਂ ਦੇ ਦਸਤਾ ਭੇਜਣ ਦੀ ਵੈਦਤਾ ਅਗਲੇ ਪ੍ਰਧਾਨੇ ਦੀ ਘੋਸ਼ਣਾ ਕੀਤੀ ਹੈ ਮੰਤਰਾਲੇ ਨੇ ਇਸ ਸਰਵੰਧ ਚ ਸਬਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਗੇ ਨਿਰਦੇਸ਼ ਜਾਰੀ ਕੀਤਾ ਹੈ ਉਹਨਾਂ ਗੇ ਪਰਮਟ ਫੀਸ ਤੇ ਟੈਕਸ ਚ ਛੋਟ ਦੇਣ ਬਾਰੇ ਮੁਤਲਕਾ ਕਾਨੂੰਨ ਦੇ ਉਪਰਾਧਾਨੇ ਪਰ ਗੌਰ ਕਰਨੇ ਤਾਂ ਵੀ ਆਖਿਆ ਗਿਆ ਹੈ ਖੇਚ ਮੁਖ ਖਬਰਾਂ ਉਪਰਾਜੇ ਪਾਲੋ ਨੇ ਆਤਮ ਨਿਰਭਰ ਭਾਰਤ ਅਭਿਆਨ ਦਾ ਜਾਇਜ਼ਾ ਲਿਆ ਤੇ ਇਹਦੀ ਤੋਲੇ ਅਮਲ ਆਵਰੀ ਲਈ ਸੱਤ ਕਾਰਜਬਲ ਖੜੇ ਰੇ ਜੰਮੂ ਕਸ਼ਮੀਰ ਚ ਕੱਲ ਕਰੋਨਾ ਦੇ 49ਵੇਂ ਮਾਮਲੇ ਸਾਹਮਣੇ ਆਏ ਅਜੇ ਤੋੜੇ 1506 ਮਰੀਜ਼ ਠੀਕ ਹੋਈ ਗਏ ਨਾ ਸ਼ੋਪਿਆਂ ਜ਼ਿਲ੍ਹੇ ਚ ਸੁਗੂ ਇਲਾਕੇ ਚ ਚਲਾਰ ਦੇ ਟਾਕਰੇ ਚ 2 ਬੇਪਛਾਣ ਹੁਣ ਤੱਕ ਵਾਦੀ ਮਾਰੇ ਗਏ ਨ ਇਹਦੇ ਕੰਨੇਗੇ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ